ਲਗਭਗ 2-3 ਕਿਲੋਮੀਟਰ ਦੇ ਡਿਸਟੈਂਸ 'ਤੇ ਇੱਕ ਮੈਂ ਤੁਹਾਨੂੰ ਪ੍ਰੋਪਰਟੀ ਦਿਖਾਉਣਾ ਆ ਜਿਹੜੀ ਮੇਨ NH 'ਤੇ ਹੈ। ਇਸ ਪ੍ਰੋਪਰਟੀ ਨੂੰ ਫਰੰਟ ਦੇ ਨਾਲ ਨਾਲ ਜਿਹੜਾ ਬੈਕ ਸਾਈਡ ਨੂੰ 2 ਕਰਮ ਦਾ ਜਿਹੜਾ ਰਸਤਾ ਜਾਂਦਾ ਉਹ ਛੋਟੀ ਕੱਛ ਦੀ ਜਿਹੜੀ ਮਿਣਤੀ ਹੈ ਲਗਭਗ 65-70 ਫੁੱਟ ਹੈ। ਔਰ ਇਹ ਪ੍ਰੋਪਰਟੀ ਜਿਹੜਾ ਕਮਰਸ਼ੀਅਲ ਪਰਪਜ਼ ਵਾਸਤੇ ਕਿਸੇ ਵੀ ਤਰੀਕੇ ਨਾਲ ਯੂਜ਼ ਕੀਤੀ ਜਾ ਸਕਦੀ ਹੈ। ਬਹੁਤ ਵਧੀਆ ਪ੍ਰਾਈਮ ਲੋਕੇਸ਼ਨ 'ਤੇ ਪ੍ਰੋਪਰਟੀ ਹੈ। ਹਾਏ ਦੋਸਤੋ, ਮੈਂ ਦੀਪਕ ਰਾਣਾ, DK ਪ੍ਰੋਪਰਟੀਆਂ ਕੰਸਟਰਕਸ਼ਨ ਦੇ ਚੈਨਲ 'ਤੇ ਤੁਹਾਡੇ ਨਾਲ ਰੂਬਰੂ ਹੋਇਆ। ਅੱਜ ਮੈਂ ਤੁਹਾਨੂੰ ਲੈ ਕੇ ਆਇਆ ਦਸੂਏ ਦੇ ਨਜ਼ਦੀਕ। ਦਸੂਏ ਤੋਂ ਜਿਹੜਾ NH 44 ਜਲੰਧਰ ਨੂੰ ਜਾਂਦਾ ਹੈ ਔਰ ਦਸੂਏ ਤੋਂ ਲਗਭਗ 2-3 ਕਿਲੋਮੀਟਰ ਦੇ ਡਿਸਟੈਂਸ 'ਤੇ ਇੱਕ ਮੈਂ ਤੁਹਾਨੂੰ ਪ੍ਰੋਪਰਟੀ ਦਿਖਾਉਣਾ ਆ ਜਿਹੜੀ ਮੇਨ NH 'ਤੇ ਹੈ। ਔਰ ਇਹ ਪ੍ਰੋਪਰਟੀ ਦਾ ਜਿਹੜਾ ਸਾਈਜ਼ ਹੈ 3 ਕਨਾਲ ਅਤੇ 5 ਮਰਲੇ ਹੈ। ਔਰ ਇਹਦੀ ਜਿਹੜੀ ਫਰੰਟ ਦੀ ਡਾਇਮੈਂਸ਼ਨ ਹੈ ਉਹ ਲਗਭਗ 180 ਫੁੱਟ ਤੋਂ ਅਵੱਬ ਹੈ, 180 ਫੁੱਟ ਤੋਂ ਜ਼ਿਆਦਾ ਹੈ। ਆਓ ਮੈਂ ਤੁਹਾਨੂੰ ਪ੍ਰੋਪਰਟੀ ਦਾ ਫਰੰਟ ਦਿਖਾਵਾਂ ਅਤੇ ਬੈਕ ਸਾਈਡ ਨੂੰ ਲੈ ਕੇ ਜਾਵਾਂ। ਆਹ ਪ੍ਰੋਪਰਟੀ ਇੱਥੋਂ ਸ਼ੁਰੂ ਹੁੰਦੀ ਹੈ, ਦੇਖ ਸਕਦੇ ਹੋ ਤੁਸੀਂ। ਇਸ ਪ੍ਰੋਪਰਟੀ ਨੂੰ ਫਰੰਟ ਦੇ ਨਾਲ ਨਾਲ ਜਿਹੜਾ ਬੈਕ ਸਾਈਡ ਨੂੰ 2 ਕਰਮ ਦਾ ਜਿਹੜਾ ਰਸਤਾ ਜਾਂਦਾ ਉਹ ਛੋਟੀ ਕੱਛ ਦੀ ਜਿਹੜੀ ਮਿਣਤੀ ਹੈ ਇਹ 2 ਕਰਮ ਦਾ ਰਸਤਾ ਇਹਦੇ ਨਾਲ ਜਾਂਦਾ ਬੈਕ ਸਾਈਡ ਨੂੰ। ਆਹ ਪ੍ਰੋਪਰਟੀ ਜਿਹੜੀ ਤੁਸੀਂ ਦੇਖ ਸਕਦੇ ਹੋ ਕੋਰਨਰ ਪ੍ਰੋਪਰਟੀ ਹੈ। ਲਗਭਗ ਜਿਹੜੇ ਇੱਥੋਂ ਤੱਕ ਇਹਦੀ ਜਿਹੜੀ ਡੈਫਥ ਹੈ 70 ਦੇ ਲਾਗੇ, 65-70 ਫੁੱਟ ਦੇ ਜਿਹੜਾ ਬੈਕ ਸਾਈਡ ਨੂੰ ਜਿਹੜਾ ਡੈਫਥ ਨੂੰ ਜਿਹੜਾ ਸਾਈਜ਼ ਜਾਂਦਾ ਉਹ ਲਗਭਗ 65-70 ਫੁੱਟ ਹੈ। ਔਰ ਇਹ ਪ੍ਰੋਪਰਟੀ ਜਿਹੜਾ ਕਮਰਸ਼ੀਅਲ ਪਰਪਜ਼ ਵਾਸਤੇ ਕਿਸੇ ਵੀ ਤਰੀਕੇ ਨਾਲ ਯੂਜ਼ ਕੀਤੀ ਜਾ ਸਕਦੀ ਹੈ। ਬਹੁਤ ਵਧੀਆ ਪ੍ਰਾਈਮ ਲੋਕੇਸ਼ਨ 'ਤੇ ਪ੍ਰੋਪਰਟੀ ਹੈ। ਜਿਹੜੇ ਵੀਰ ਮੇਰੇ ਇੰਟਰਸਟਡ ਹੈ ਉਹ ਥੱਲੇ ਦਿੱਤੇ ਨੰਬਰ 'ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਆ। ਕਿਸੇ ਵੀ ਤਰੀਕੇ ਦੀ ਪ੍ਰੋਪਰਟੀ ਸੇਲ ਕਰਨੀ ਹੋਵੇ ਤਾਂ ਥੱਲੇ ਦਿੱਤੇ ਨੰਬਰ 'ਤੇ ਕੰਟੈਕਟ ਜ਼ਰੂਰ ਕਰੋ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਫੋਲੋ ਕਰੋ। ਧੰਨਵਾਦ ਜੀ।